ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ। ਬਾਰਾਂ ਦੇ ਵਿੱਚ ਬਾਲੀਵੁੱਡ ਨੂੰ ਮਿਲੇ ਸੀ ਉਹਨਾਂ ਦੇ ਜੱਟ ਐਂਡ ਜੂਲੀਅਟ, ਜਿਨ੍ਹਾਂ ਬਾਰੇ ਸਾਰਿਆਂ ਨੂੰ ਦੱਸਿਆ ਸੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ, ਤੇ ਹੁਣ ਇਹ ਦੋਨੋਂ ਤੁਹਾਨੂੰ ਇਕੱਠੀਆਂ ਇੱਕ ਵਾਰ ਫੇਰ ਦਿਖਣ ਜਾ ਰਹੇ ਨੇ। ਪਰ ਲੱਗਦਾ ਹੈ ਇਸ ਵਾਰ ਜੱਟ ਨੂੰ ਉਹਦੀ ਜੂਲੀਅਟ ਨਹੀਂ ਮਿਲਣੀ ਤੇ ਉਹਨੇ ਛੜਾ ਹੀ ਰਹਿ ਜਾਣਾ, ਕਿਉਂਕਿ ਉਹਨਾਂ ਦੀ ਆਉਣ ਵਾਲੀ ਫਿਲਮ ਦਾ ਟਾਈਟਲ ਹੈ ਛੜਾ। ਇਸ ਫਿਲਮ ਦੀ ਇਨਫੋਰਮੇਸ਼ਨ ਦਿਲਜੀਤ ਦੋਸਾਂਝ ਨੇ ਇੱਕ ਪੋਸਟਰ ਰਾਹੀਂ ਆਪਣੀ ਸੋਸ਼ਲ ਮੀਡੀਆ ਤੇ ਦਿੱਤੀ। ਪੋਸਟਰ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਫਿਲਮ A&A ਐਡਵਾਈਜ਼ਰਸ ਤੇ ਬ੍ਰੈਟ ਫਿਲਮਸ ਦੇ ਬੈਨਰ ਅੰਡਰ ਬਣਨ ਜਾ ਰਹੀ ਹੈ, ਜਿਸ ਨੂੰ ਡਾਇਰੈਕਟ ਕਰਨਗੇ ਜਗਦੀਪ ਸਿੱਧੂ। ਨਾਲੇ ਇਹ ਫਿਲਮ ਰਿਲੀਜ਼ ਹੋਏਗੀ 24 ਮਈ 2019 ਵਿੱਚ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੂੰ ਇਕੱਠਿਆਂ ਦੇਖਣ ਦੀ ਉਡੀਕ ਵਿੱਚ ਉਹਨਾਂ ਦੇ ਫੈਨਸ ਕਾਫੀ ਦੇਰ ਤੋਂ ਸੀ। ਪਿਛਲੇ ਕੁਝ ਦਿਨਾਂ ਤੋਂ ਕਾਫੀ ਸੁਣਨ ਵਿੱਚ ਆਇਆ ਕਿ ਜੱਟ ਐਂਡ ਜੂਲੀਅਟ 3 ਦੇਖਣ ਨੂੰ ਮਿਲੇਗੀ, ਪਰ ਇਹ ਥ੍ਰੀਕੁਅਲ ਤਾਂ ਨਹੀਂ ਬਲਕਿ ਛੜਾ ਰਾਹੀਂ ਇਹ ਦੋਨੋਂ ਤੁਹਾਡੇ ਸਾਹਮਣੇ ਆਉਣ ਲਈ ਬਿਲਕੁਲ ਤਿਆਰ ਹਨ। ਤੇ ਹੁਣ ਇੰਤਜ਼ਾਰ ਹੈ ਇਸ ਫਿਲਮ ਦੀ ਸ਼ੂਟਿੰਗ ਸਟਾਰਟ ਹੋਣ ਦਾ ਤੇ ਹੋਰ ਇਨਫੋਰਮੇਸ਼ਨ ਦਾ। ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ।